ਅਸੀਂ ਆਪਣਾ ਖੂਨ ਦੇ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਿੱਚ ਤੇ ਸੁਨੀਲ ਜਾਖੜ ਆਪਣੇ ਭਾਪੇ ਸਮੇਤ ਰਾਜਸਥਾਨ ਵਿੱਚ ਜਿਸ ਹਿਸਾਬ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਚੱਲ ਰਿਹਾ ਜਿਸ ਕਿਸਮ ਦੇ ਨਾਲ ਇਹ ਤੋਤਾ ਜਿਹੜਾ ਚੂਰੀ ਖਾ ਰਿਹਾ ਤੇ ਉਹਦੀ ਬੋਲੀ ਬੋਲ ਰਿਹਾ ਲੋਕਾਂ ਦੀ ਬੋਲੀ ਨਹੀਂ ਬੋਲ ਰਿਹਾ ਕਾਂਗਰਸੀਆਂ ਦੀ ਬੋਲੀ ਨਹੀਂ ਬੋਲ ਰਿਹਾ ਕਦੀ ਆਪਣੇ ਦਫ਼ਤਰ ਨਹੀਂ ਗਿਆ ਕਾਂਗਰਸ ਦੇ ਦਫ਼ਤਰ ਨੂੰ ਕਲੀ ਹੋਈ ਨੂੰ 5 ਸਾਲ ਹੋ ਗਏ ਨੇ 4 ਸਾਲਾਂ ਬਾਅਦ ਮਾਫੀਆ ਤੇ ਹੋਰ ਪਰੰਪਰਾ ਹੋਰ ਉਹਨੂੰ ਫੰਗ ਲੱਗ ਗਏ ਨੇ ਅੱਜ ਇਹ ਪੋਜੀਸ਼ਨ ਬਣ ਚੁੱਕੀ ਹੈ ਜੇ ਅਸੀਂ ਅਜੇ ਵੀ ਇਸ ਗੱਡੀ ਨੂੰ ਟਾਲੀ ਵਿੱਚ ਵੱਜਣ ਨੂੰ ਬਚਾ ਸਕਦੇ ਤੇ ਬਚ ਤਾਂ ਸਕਦੀ ਹੈ ਜੇ ਇਹ ਦੋਨਾਂ ਬੰਦਿਆਂ ਨੂੰ ਰੁਖਸਤ ਕੀਤਾ ਜਾਵੇ ਇਹ ਕੈਪਟਨ ਦੇ ਵਾਅਦੇ ਸੀ ਇਹ ਕੈਪਟਨ ਦੇ ਵਾਅਦੇ ਝੂਠੇ ਨਿਕਲੇ ਨੇ ਅੱਜ ਪਾਰਟੀ ਦੀ ਹਾਈ ਕਮਾਂਡ ਨੂੰ ਇਸ ਨੂੰ ਤੋੜ ਦਿੱਤਾ ਜਾਏ ਤੇ ਤੁਸੀਂ ਵੇਖੋ ਦੀਵਾਲੀ ਤੋਂ ਵੱਧ ਪਟਾਕੇ ਪੰਜਾਬ 'ਚ ਚੱਲਣ ਹੁਣ ਟਾਈਮ ਸਿਰ ਬਚਾਈਏ ਡਰਾਈਵਰ ਬਦਲੀਏ ਗੱਡੀ ਵੀ ਚੰਗੀ ਹੈ ਤੇਲ ਵੀ ਉਹਦੇ 'ਚ ਪੂਰਾ ਹੈ ਡਰਾਈਵਰ ਦਾ ਕਸੂਰ ਕੋਈ ਨਹੀਂ ਬਜ਼ੁਰਗ ਹੋ ਚੁੱਕਿਆ ਉਹਨੂੰ ਇੱਥੋਂ ਤੋਰੋ ਕੰਮ ਕਰਨ ਵਾਲੇ ਨੂੰ ਲਿਆਓ ਗੱਡੀ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ ਮੌਤਾਂ ਦਾ ਜਿਹੜਾ ਮਾਮਲਾ ਹੈ ਉਹ ਲਗਾਤਾਰ ਭਖਦਾ ਜਾ ਰਿਹਾ ਵਿਰੋਧੀ ਪਾਰਟੀਆਂ ਵੀ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਤਾਂ ਹੁਣ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸ਼ਮਸ਼ੇਰ ਸਿੰਘ ਦੁੱਲੋ ਵੱਲੋਂ ਜਿਹੜਾ ਗਵਰਨਰ ਨੂੰ ਮੰਗ ਕੀਤੀ ਗਈ ਐਪਲੀਕੇਸ਼ਨ ਮੈਮੋਰੈਂਡਮ ਦਿੱਤਾ ਗਿਆ ਕਿ ਇਸ ਦੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਹੋਵੇ ਸਾਡੇ ਨਾਲ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਬਾਜਵਾ ਸਾਹਿਬ ਤੁਹਾਡੀ ਮੰਗ ਫਿਰ ਗਵਰਨਰ ਤੱਕ ਪਹੁੰਚ ਚੁੱਕੀ ਹੈ ਹੁਣ ਕੀ ਅੱਗੇ ਪ੍ਰੋਸੈਸ ਹੈਗਾ ਸੀਬੀਆਈ ਦੀ ਮੰਗ ਹੋਈ ਹੈ ਦੇਖੋ ਸਾਡਾ ਕੰਮ ਸੀ ਗਵਰਨਰ ਸਾਹਿਬ ਤੱਕ ਪਹੁੰਚਾਉਣਾ ਕਿਉਂ ਪਹੁੰਚਾਈ ਗਈ ਹੈ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਵੇਖੋ 3 ਵੱਡੇ ਇੰਸੀਡੈਂਟ ਪਿਛਲੇ ਸਾਲਾਂ 'ਚ ਕਾਂਗਰਸ ਦੀ ਗਵਰਨਮੈਂਟ 'ਚ ਹੋਏ ਨੇ ਇੱਕ ਇੰਸੀਡੈਂਟ ਹੋਇਆ ਜਿਹੜਾ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ 'ਚ ਲੋਕ ਰਾਤ ਨੂੰ ਦੁਸਹਿਰਾ ਮਨਾ ਰਹੇ ਸੀ ਰੇਲਵੇ ਗੱਡੀ ਦੀ ਵਾਰਨਿੰਗ ਨਾ ਮਿਲਣ ਕਾਰਨ ਤਕਰੀਬਨ 60 ਲੋਕ ਮਾਰੇ ਗਏ ਉਹਦੇ ਉਹਦੀ ਵੀ ਲੋਕਲ ਇਹਨਾਂ ਨੇ ਉੱਥੇ ਸਿੱਟ ਬਿਠਾਈ 2 ਸਾਲ ਦੇ ਬਾਵਜੂਦ ਵੀ ਸਿੱਟ ਬੇਨਤੀਜਾ ਨਿਕਲੀ ਜੀ ਜੀ ਫਿਰ ਬਟਾਲੇ ਦੇ ਵਿੱਚ ਪਿਛਲੇ ਸਾਲ ਕੋਈ ਸਾਲ ਸਵਾ ਸਾਲ ਪਹਿਲੇ ਇੱਕ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਬੰਬ ਚੱਲ ਗਿਆ 23 ਲੋਕ ਮਾਰੇ ਗਏ 27 ਬੰਦੇ ਫੱਟੜ ਹੋ ਗਏ ਉਹ ਵੀ ਅਜੇ ਤੱਕ ਬੇਨਤੀਜਾ ਕੁਝ ਨਹੀਂ ਨਿਕਲਿਆ ਸਿੱਟਾ ਕੁਝ ਨਹੀਂ ਨਿਕਲਿਆ ਹੁਣ 3 ਇੰਸੀਡੈਂਟ ਇਹ ਹੋ ਗਿਆ ਜ਼ਹਿਰੀਲੀ ਸ਼ਰਾਬ ਦੇ ਨਾਲ 121 ਬੰਦੇ ਅੱਜ ਦੇ ਦਿਨ ਤੱਕ ਦਮ ਤੋੜ ਚੁੱਕੇ ਜੀ ਜੀ ਇਹ ਦੋਨੋਂ ਮਹਿਕਮੇ ਜਿਹੜੇ ਸ਼ਰਾਬ ਦਾ ਅਤੇ ਪੁਲਿਸ ਦਾ ਮਹਿਕਮਾ ਦੋਨੋਂ ਚੀਫ ਮਿਨਿਸਟਰ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਖੁਦ ਇਹਦੇ ਮੰਤਰੀ ਵੀ ਨੇ ਹੁਣ ਇੱਕ ਡਿਵੀਜ਼ਨਲ ਕਮਿਸ਼ਨਰ ਜਲੰਧਰ ਦਾ ਲਾ ਦਿੱਤਾ ਕਿ ਇਨਵੈਸਟੀਗੇਟ ਕਰ ਉਹ ਇਨਵੈਸਟੀਗੇਸ਼ਨ ਕੀ ਕਰੇਗਾ ਜੀ ਜਿਹੜੇ ਹੁਣ ਪੁਲਿਸ ਵਾਲੇ ਛਾਪੇ ਮਾਰ ਕੇ ਬੰਦੇ ਫੜਨੇ ਸ਼ੁਰੂ ਕਰ ਦਿੱਤੇ ਇਹ ਬੰਦੇ ਕਿਹੜੇ ਫੜੇ ਜਾ ਰਹੇ ਬੰਦੇ ਉਹ ਫੜੇ ਜਾ ਰਹੇ ਜਿਹੜੇ ਗਲਾਸੀ 'ਚ ਪਾ ਕੇ ਪਿਆਉਣ ਵਾਲੇ ਅਸੀਂ ਉਹ ਕਹਿੰਦੇ ਹਾਂ ਜਿਹੜੇ ਸਪਿਰਿਟ ਜਿਨ੍ਹਾਂ ਨੇ ਕਿੱਥੋਂ ਲਿਆਂਦੀ ਪਹਿਲੇ ਉਹ ਫੜੋ ਆਈ ਕਿਹੜੀ ਡਿਸਟਿਲਰੀ 'ਚੋਂ ਹੈ ਫਿਰ ਵੇਚਣ ਵਾਲਾ ਉਹ ਕੌਣ ਹੈ ਜਿਹੜਾ ਲਗਾਤਾਰ ਏਡੇ ਵੱਡੇ ਪੈਮਾਨੇ 'ਤੇ ਜ਼ਹਿਰ ਲੋਕਾਂ ਨੂੰ ਪਿਆ ਰਿਹਾ ਫਿਰ ਜਿਹੜੀਆਂ 2 ਨੰਬਰ ਦੀਆਂ ਡਿਸਟਿਲਰੀਆਂ ਬਿਨਾਂ ਗਵਰਨਮੈਂਟ ਦੀ ਇਜਾਜ਼ਤ ਤੋਂ ਇਲੀਗਲ ਜਿਹਨੂੰ ਅਸੀਂ ਕਹੀਦਾ ਖੰਨੇ ਫੜੀ ਗਈ ਤੁਹਾਡੀ ਡਿਸਟਿਲਰੀ ਰਾਜਪੁਰੇ ਫੜੇਗੀ ਕਨੌਰ ਵਿੱਚ ਫੜੇਗੀ ਉਹ ਮਸ਼ੀਨਰੀ ਕਿੱਥੋਂ ਆਈ ਉਹਨਾਂ ਦੇ ਮਸ਼ੀਨਰੀ ਦੇਣ ਵਾਲੇ ਬਾਲਕਾਂ ਨੂੰ ਫੜਿਆ ਕਿੰਨਾਂ ਨੇ ਮਸ਼ੀਨਰੀ ਫਿੱਟ ਕੀਤੀ ਉਹ ਫੜੇ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਕਿਹੜੇ ਅਫਸਰ ਨੇ ਜਿਨ੍ਹਾਂ ਨੇ ਬਿਜਲੀ ਦੇ ਕਨੈਕਸ਼ਨ ਦਿੱਤੇ ਬਿਨਾਂ ਬਿਜਲੀ ਦੇ ਕਨੈਕਸ਼ਨ ਤੋਂ ਨਹੀਂ ਚੱਲਦੀਆਂ ਉਹ ਗ੍ਰਿਫਤਾਰ ਹੋਏ ਕਿਹੜੇ ਸਿਆਸੀ ਲੋਕ ਨੇ ਜਿਹੜੇ ਇਹਨਾਂ ਦੀ ਸਪੋਰਟ ਕਰ ਰਹੇ ਨੇ ਉਹ ਕੀ ਗੱਲ ਨੇਮ ਹੋਏ ਅਤੇ ਗ੍ਰਿਫਤਾਰੀਆਂ ਹੋਈਆਂ ਕਿਹੜੇ ਐਕਸਾਈਜ਼ ਦੇ ਮਹਿਕਮੇ ਦੇ ਬੰਦੇ ਅਤੇ ਕਿਹੜੇ ਪੁਲਿਸ ਅਫੀਸਰਸ ਇਹਨਾਂ ਨੂੰ ਚਲਾਉਂਦੇ ਆਏ ਨੇ ਉਹ ਇਹ ਰਿਮਾਰਕ ਪੰਜਾਬ ਦੀ ਕਿਸੇ ਏਜੰਸੀ ਕੋਲ ਨਹੀਂ ਹੋ ਪਾਣੇ ਇਸੇ ਗੱਲ ਕਾਰਨ ਅਸੀਂ ਕਿਹਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਮੰਗਾਓ ਈਡੀ ਆਏਗੀ ਸਗੋਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਨੂੰ ਵੈਲਕਮ ਕਰਨਾ ਚਾਹੀਦਾ ਸੀ ਕਿ 121 ਮੌਤਾਂ ਹੋ ਗਈਆਂ 2700 ਕਰੋੜ ਰੁਪਏ ਦਾ ਘਾਟਾ ਸਾਨੂੰ ਮਿਲ ਰਿਹਾ ਅਸੀਂ ਵੱਡੇ ਡਿਸਟਿਲਰੀਆਂ ਵਾਲੇ ਵੀ ਫੜਨੇ ਜਿਨ੍ਹਾਂ ਨੇ 2 ਨੰਬਰ ਦੀ ਸ਼ਰਾਬ ਕਰੋਨੇ ਦੇ ਅਤੇ ਕਰੋਨੇ ਤੋਂ ਪਹਿਲਾਂ ਵੀ ਸਮੁੱਚੇ ਹਿੰਦੁਸਤਾਨ ਦੇ ਵਿੱਚ ਨਿਰੀ ਸਪਲਾਈ ਪੰਜਾਬ 'ਚ ਨਹੀਂ ਸਾਰੇ ਹਿੰਦੁਸਤਾਨ 'ਚ ਸਪਲਾਈ ਗੁਜਰਾਤ ਨੂੰ ਹਰਿਆਣੇ ਨੂੰ ਕਈ ਕਈ ਸੂਬਿਆਂ ਨੂੰ ਜਾਂਦੀ ਹੈ ਇੱਕ ਉਹ ਹੈ ਇੱਕ 2 ਨੰਬਰ ਦੀ ਹੈ ਜਿਹੜੀ ਛੋਟੀਆਂ ਡਿਸਟਿਲਰੀਆਂ ਨੇ ਇਹ ਇਕੱਲੇ ਪੰਜਾਬ ਦੇ ਵਿੱਚ ਆਪਣੇ ਜ਼ਿਲ੍ਹਿਆਂ 'ਚ ਸ਼ਰਾਬ ਵੇਚਦੀਆਂ ਉਹ ਵੀ ਚੂਨਾ ਸਾਰਾ ਦਾ ਸਾਰਾ ਖਜ਼ਾਨੇ ਨੂੰ ਲੱਗ ਰਿਹਾ ਇੱਕ 3 ਜਿਹੜੇ ਦੇਸੀ ਸ਼ਰਾਬ ਬਣਾ ਰਹੇ ਨੇ ਇਹ 3 ਵੱਖਰੋ ਵੱਖ ਚੀਜ਼ਾਂ ਨੇ ਜਿਸ ਦੇ ਕਾਰਨ ਇਹ ਇੰਨਾ ਵੱਡਾ ਘਾਟਾ ਪਿਆ ਉਹਨਾਂ ਨੂੰ ਏਅਰ ਮਾਰਕ ਕਰਨ ਵਾਸਤੇ ਉਹਨਾਂ ਨੂੰ ਲੱਭਣ ਵਾਸਤੇ ਸਗੋਂ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਮੈਂ ਕਿਉਂਕਿ ਮਹਿਕਮੇ ਮੇਰੇ ਕੋਲ ਨੇ ਕੱਲ੍ਹ ਨੂੰ ਉਂਗਲ ਮੇਰੇ ਦਫ਼ਤਰ ਦੀ ਵਰਕਿੰਗ 'ਤੇ ਆਉਣੀ ਮੈਂ ਆਪ ਹੀ ਚਾਹੁੰਦਾ ਕਿ ਲੈਟਸ ਐਂ ਕਰੀਏ ਸੈਂਟਰ ਤੋਂ ਆਪਣੀ ਇਹਨਾਂ ਨੂੰ ਸੱਦੀਏ ਪੰਜਾਬ ਪੁਲਿਸ ਅਤੇ
ਐਕਸਾਈਜ਼ ਦੇ ਬੰਦੇ ਉਹਨਾਂ ਨੂੰ ਕਹਿੰਦੇ ਨਾਲ ਹੋ ਕੇ ਮਦਦ ਕਰਨਗੇ ਅਤੇ ਉੱਤੇ ਇਹਨਾਂ ਦੀ ਦੇਖ ਰੇਖ ਵਾਸਤੇ ਸੋ ਦੈਟ ਟਾਈਮ ਬਾਊਂਡ ਹੋ ਜੇ ਇਹਨਾਂ ਨੂੰ ਚਾਹੀਦਾ ਸੀ ਕਿ ਇੱਕ ਹਾਈ ਕੋਰਟ ਦੇ ਸਿਟਿੰਗ ਜੱਜ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਬੇਨਤੀ ਕਰਦੇ ਲਿਖਤੀ ਤੌਰ 'ਤੇ ਕਿ ਸਾਡੇ ਵਾਸਤੇ ਇੱਕ ਬਹੁਤ ਅਹਿਮ ਮਸਲਾ ਅਸੀਂ ਐਡਾ ਵੱਡਾ ਗਰੋਹ ਭੰਨਾ ਉਹਨੂੰ ਆਇਡੈਂਟੀਫਾਈ ਕਰਨਾ ਉਹਨੂੰ ਗ੍ਰਿਫਤਾਰ ਕਰਨਾ ਉਹਨਾਂ ਨੂੰ ਸਜ਼ਾਵਾਂ ਦਵਾਉਣੀਆਂ ਨੇ ਅਤੇ ਸਾਨੂੰ ਇਹ ਚਾਹੀਦਾ ਕਿ ਇੱਕ ਜੱਜ ਸਾਹਿਬ ਸਾਨੂੰ ਦੇ ਦਿਓ ਇਨਵੈਸਟੀਗੇਸ਼ਨ ਉਤਲੇ ਵੀ ਕਰਨ ਸਟੇਟ ਏਜੰਸੀਆਂ ਵੀ ਕਰਨ ਅਤੇ ਹਾਈ ਕੋਰਟ ਦੇ ਜੱਜ ਉਹਨੂੰ ਓਵਰਲੁੱਕ ਕਰਨ ਸੋ ਦੈਟ ਏਜੰਸੀਆਂ ਟਾਈਮ ਸਿਰ ਕੰਮ ਕਰਨ ਕੋਈ ਕਿਉਂਕਿ ਵੱਡੇ ਬੰਦੇ ਨੇ ਇਹ ਕਿਸੇ ਤੱਕ ਵੀ ਪਹੁੰਚ ਕਰ ਸਕਦੇ ਜੀ ਸਰ ਹੁਣ ਤੁਹਾਡੀ ਅਤੇ ਦੁੱਲੋ ਸਾਹਿਬ ਦੀ ਗਵਰਨਰ ਤੋਂ ਫੇਰੀ ਇੱਧਰ ਕੈਬਨਿਟ ਦਾ ਵਿੱਚ ਜਿਹੜਾ ਸਰਬਸੰਮਤੀ ਦੇ ਨਾਲ ਮਤਾ ਪਾਸ ਹੁੰਦਾ ਕਿ ਜਦੋਂ ਇਲੈਕਸ਼ਨ ਨੇੜੇ ਹੈ ਅਜਿਹੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਤਹਿਤ ਕਾਰਵਾਈ ਕੀਤੀ ਜਾਵੇ ਤੁਹਾਡੇ ਦੋਵਾਂ ਦੇ ਖਿਲਾਫ਼ ਦੇਖੋ ਇੱਕ ਤਾਂ ਤੁਹਾਨੂੰ ਮੈਂ ਪਹਿਲੇ ਦੱਸਣਾ ਚਾਹੀਦਾ ਇਹ ਪਾਰਟੀ ਵਿਰੋਧੀ ਨਹੀਂ ਪਾਰਟੀ ਨੂੰ ਬਚਾਉਣ ਵਾਸਤੇ ਇਹ ਕੈਬਨਿਟ ਨੇ ਮੇਰੀ ਇਹ ਗੱਲ ਉਹ ਕੈਬਨਿਟ ਮੈਂ ਤੁਹਾਨੂੰ ਉਹੀ ਦੱਸਣ ਲੱਗਾ ਮੇਰੀ ਗੱਲ ਸੁਣੋ ਮੈਂ ਸਮਝ ਗਿਆ ਤੁਹਾਡੇ ਸਵਾਲ ਨੂੰ ਕੈਬਨਿਟ ਜਿੱਦਣ ਮਿਲੀ ਹੈ ਮਤਾ ਤਾਂ ਉਹਦੇ ਉਸੇ ਦਿਨ ਹੋਣਾ ਚਾਹੀਦਾ ਦੁਪਹਿਰੇ 2 ਵਜੇ ਮੀਟਿੰਗ ਹੁੰਦੀ ਕੈਬਨਿਟ ਦੀ 2:30 ਵਜੇ ਮਤਾ ਤਾਂ 3 ਵਜੇ ਹੋ ਜਾਣਾ ਚਾਹੀਦਾ ਸੀ 3 ਕੈਬਨਿਟ ਮੀਟਿੰਗ ਮਿਨਿਸਟਰਾਂ ਨਾਲ ਮੇਰੀ ਗੱਲ ਹੀ ਉਹਨਾਂ ਕਿਹਾ ਜੀ ਬਾਜਵਾ ਸਾਹਿਬ ਤੁਹਾਡਾ ਅਤੇ ਦੁੱਲੋ ਸਾਹਿਬ ਦੀ ਡਿਸਕਸ਼ਨ ਹੀ ਨਹੀਂ ਹੋਈ ਉੱਥੇ ਜਿਹੜੇ ਮੁੱਦੇ ਸੀ ਉਹਨਾਂ ਦੇ ਡਿਸਕਸ਼ਨ ਹੋਈ ਇਹ ਤਾਂ ਮੁੱਦੇ 'ਚ ਜ਼ੂਮ 'ਤੇ ਸਾਰੀਆਂ ਮੀਟਿੰਗਸ ਹੁੰਦੀਆਂ ਅਫਸਰ ਬੈਠੇ ਨੇ ਤੁਸੀਂ ਕਿਸੇ ਮਿਨਿਸਟਰ ਨੂੰ ਆਫ ਦੀ ਕੈਮਰਾ ਕੈਮਰੇ 'ਤੇ ਪੁੱਛੋਗੇ ਅਤੇ ਉਹ ਤਾਂ ਇਹੀ ਕਹਿਣਗੇ ਜੋ ਆਇਆ ਅਗਲੇ ਦਿਨ ਸ਼ਾਮ ਨੂੰ 6 ਵਜੇ ਜਾਂ 5 ਵਜੇ CM ਆਫਿਸ ਦੇ ਵਿੱਚੋਂ ਇਹਨਾਂ ਦਾ ਜਿਹੜਾ ਮੀਡੀਆ ਐਡਵਾਈਜ਼ਰ ਹੈ ਉਸਨੇ ਪ੍ਰੈਸ ਬਿਆਨ ਬਣਾਉਂਦਾ ਉਹਦੇ ਵਿੱਚ ਕਿਸੇ ਮਿਨਿਸਟਰ ਦਾ ਨਾਂ ਨਹੀਂ ਪਾਉਂਦਾ ਇਹ ਕਹਿੰਦਾ ਸਰਬਸੰਮਤੀ ਨਾਲ ਕਹਿ ਦਿੱਤਾ ਹੁਣ ਸਰਬ ਜਿਹੜੇ ਮਿਨਿਸਟਰ ਥੱਲੇ ਕੰਮ ਕਰਦੇ ਨੇ ਉਹ ਕਿਹੜਾ ਪੰਗਾ ਲੈ ਗਿਆ ਗੱਲ ਕਹਿੰਦਾ ਕਿ ਮੈਂ ਸਾਈਨ ਨਹੀਂ ਕੀਤਾ ਜੀ ਉਹਨੇ ਆਪਣੀ ਨੌਕਰੀ ਥੋੜ੍ਹਾ ਗਵਾ ਬੈਣੀ ਇਹ ਉਹਨਾਂ ਨੂੰ ਪਤਾ ਨਾਂ ਨਹੀਂ ਪਾਇਆ ਕਿਉਂਕਿ ਨਾਂ ਇਹ ਹੁੰਦਾ ਕਿ ਨਾਂ ਪਾਉਂਦੇ ਕਿਸੇ ਪ੍ਰੈਸ ਵਾਲੇ ਨੇ ਕਿਸੇ ਨੂੰ ਪੁੱਛ ਲਿਆ ਉਹ ਕਹਿੰਦਾ ਮੈਨੂੰ ਤਾਂ ਪੁੱਛਿਆ ਨਹੀਂ ਜੀ ਇਹ ਸਾਰੀ ਕਹਾਣੀ ਝੂਠੀ ਪੈ ਜਾਣੀ ਸੀ ਤਾਂ ਇਹ ਸਾਰੀ ਆਫਟਰ ਥਾਟ ਹੈ ਜਿਸ ਤਰ੍ਹਾਂ 1980 ਅਤੇ 90 ਦੇ ਦਹਾਕੇ ਝੂਠੀਆਂ FIRਾਂ ਪੰਜਾਬ ਪੁਲਿਸ ਕਰਦੀ ਹੁੰਦੀ ਸੀ ਪਹਿਲੇ ਵਾਰਦਾਤ ਹੋ ਜਾਣੀ 48 ਘੰਟਿਆਂ ਬਾਅਦ FIR ਲੌਜ ਹੋਣੀ ਜਿਹਦਾ ਨਾਂ ਚਾਹਣਾ ਉਹ ਪਾ ਦੇਣਾ ਜਿਹਦਾ ਚਾਹਣਾ ਉਹਦਾ ਕੱਢ ਦੇਣਾ ਸੋ ਇਹ ਵੀ ਇੱਕ ਝੂਠੀ FIR ਵਰਗਾ ਸਾਡੇ ਕੋਲ ਬਿਆਨ ਦਵਾਇਆ ਗਿਆ ਕਿਉਂਕਿ ਆਈਸੋਲੇਟ ਹੋ ਗਏ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਆਈਸੋਲੇਟ ਹੋ ਗਏ ਇਹਨਾਂ ਨੂੰ ਨਾ ਤਾਂ ਕਾਂਗਰਸ MLA ਦੀ ਨਾ ਮਿਨਿਸਟਰਾਂ ਦੀ ਨਾ ਕਾਂਗਰਸ ਦੇ ਕਾਡਰ ਦੀ ਨਾ ਪੰਜਾਬ ਦੇ ਲੋਕਾਂ ਦੀ ਸਪੋਰਟ ਮਿਲ ਰਹੀ ਇਸ ਇਸ਼ੂ 'ਤੇ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਸ਼ਮਸ਼ੇਰ ਸਿੰਘ ਦੁੱਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਦਰਦ ਹੈ ਆਪਣੀ ਪਾਰਟੀ ਦਾ ਦਰਦ ਹੈ ਅਸੀਂ ਪਰਿਵਾਰਾਂ ਦਾ ਖੂਨ ਦਿੱਤਾ ਇਸ ਕਾਂਗਰਸ ਵਾਸਤੇ ਜਦੋਂ ਅਸੀਂ ਆਪਣਾ ਖੂਨ ਦੇ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਿੱਚ ਅਤੇ ਸੁਨੀਲ ਜਾਖੜ ਆਪਣੇ ਪਾਪੇ ਸਮੇਤ ਰਾਜਸਥਾਨ ਵਿੱਚ ਸੀ ਇਹਦੇ ਉੱਥੇ ਸਨ ਅਸੀਂ ਖੂਨ ਕੁਰਬਾਨ ਕਰਦੇ ਰਹੇ ਹਾਂ ਹੁਣ ਇਹ ਇੱਥੇ ਰਾਜ ਕਰ ਰਹੇ ਨੇ ਅਸੀਂ ਆਲੇ ਦੁਆਲੇ ਵੇਖਦੇ ਫਿਰਦੇ ਹਾਂ ਕਿ ਬਣ ਕੀ ਰਿਹਾ ਸਾਡੀ ਪਾਰਟੀ ਦਾ ਜਿਹੜੇ ਵਾਅਦਿਆਂ ਨਾਲ ਅਸੀਂ ਆਏ ਸੀ ਗੁਟਕਾ ਸਾਹਿਬ ਚੁੱਕ ਕੇ ਖਾਤੇ ਰੱਖ ਕੇ ਇਹਨੇ ਜਿਹੜਾ ਤਲਵੰਡੀ ਸਾਹਿਬ ਵੱਲ ਮੂੰਹ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸਹੁੰ ਖਾਧੀ ਸੀ ਗੁਟਕਾ ਸਾਹਿਬ ਹੱਥ 'ਤੇ ਰੱਖ ਕੇ ਕਿ ਮੈਂ 4 ਹਫ਼ਤਿਆਂ ਵਿੱਚ ਸਾਰਾ ਮਾਫੀਆ ਖਤਮ ਕਰ ਦਾਂਗਾ 4 ਸਾਲਾਂ ਬਾਅਦ ਮਾਫੀਆ ਤਾਂ ਹੋਰ ਪਰੰਪਰਾ ਹੋਰ ਉਹਨੂੰ ਫੰਗ ਲੱਗ ਗਏ ਨੇ ਅੱਗੇ ਨੂੰ ਵੀ ਤਗੜਾ ਹੋ ਗਿਆ ਅਤੇ ਅਸੀਂ ਆਪਣਾ ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ ਪੰਜਾਬ ਦੇ ਲੋਕਾਂ ਵਾਸਤੇ ਕਾਂਗਰਸ ਦੇ ਲੋਕਾਂ ਵਾਸਤੇ ਕਾਂਗਰਸ ਦੇ ਵਰਕਰਾਂ ਵਾਸਤੇ ਸਾਡੀ ਸ਼ਹਾਦਤ ਹੋ ਜਾਵੇ ਸਾਡਾ ਸਿਆਸੀ ਤੌਰ 'ਤੇ ਨੁਕਸਾਨ ਹੋ ਜਾਵੇ ਵੇਖ ਛੋਟੇ ਵੀਰ 63 ਸਾਲ ਦਾ ਮੈਂ ਹੋ ਗਿਆ ਜੀ ਜੀ ਜਦੋਂ ਤੱਕ ਮੇਰੀ ਰਾਜ ਸਭਾ ਦੀ ਟਰਮ ਮੁੱਕਣੀ ਮੈਂ ਬੈਠਾ ਤਾਂ ਹੋ ਜਾਣਾ ਜੀ ਜੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਵੀ 65 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦਾ ਜੀ ਜੀ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੋ ਇਹ ਸਮਝ ਲੈਣਗੇ ਕਿ ਅਸੀਂ ਰਿਟਾਇਰ ਹੋ ਗਏ ਅਸੀਂ ਇਹਨਾਂ ਦੇ ਗੁਨਾਹਾਂ ਵਿੱਚ ਸ਼ਰੀਕ ਨਹੀਂ ਹੋਣਾ ਜਿਹੜਾ ਕੀਤਾ ਇਹਨਾਂ ਨੇ ਵਾਅਦਾ ਪੰਜਾਬ ਦੇ ਮੈਂਡੇਟ ਨਾਲ ਜਿਹੜਾ ਇਹ ਧੋਖਾ ਹੋ ਰਿਹਾ ਜਿਹੜਾ ਉਹਨੂੰ ਚੀਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਸੀਂ ਉਸ ਦੇ ਵਿੱਚ ਕਿਉਂਕਿ ਮੈਂ ਵੀ ਸਟੇਜ ਉੱਤੇ ਸੀ ਉਸ ਦਿਨ ਮੈਂ ਕਾਂਗਰਸ ਦਾ ਝੰਡਾ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ ਦਿੱਤਾ ਸੀ ਮੈਂ ਆਊਟਗੋਇੰਗ ਪ੍ਰਧਾਨ ਸੀ ਇਨਕਮਿੰਗ ਪ੍ਰੈਜ਼ੀਡੈਂਟ ਸੀ ਸੋ ਮੈਂ ਉਸ ਗੁਨਾਹ ਦੇ ਵਿੱਚ ਇਹ ਜਿਹੜਾ ਇਹਨੇ ਉਸ ਸਟੇਜ ਉੱਤੇ ਵਾਅਦਾ ਕੀਤਾ ਉਹਦੇ ਉਸ ਸਟੇਜ ਉੱਤੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਸਾਰੇ ਅੱਜ ਦੇ MLA ਸਾਰੇ ਅੱਜ ਦੇ ਮਿਨਿਸਟਰ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਿਲ ਸੀ ਮੈਂ ਆਪਣੇ ਆਪ ਨੂੰ ਉਸ ਗੁਨਾਹ ਤੋਂ ਦੂਰ ਕਰਨ ਵਾਸਤੇ ਕਿ ਅਸੀਂ ਉਸ ਗੁਨਾਹ ਵਿੱਚ ਸ਼ਾਮਿਲ ਨਹੀਂ ਜੋ ਅੱਜ ਪੰਜਾਬ 'ਚ ਹੋ ਰਿਹਾ ਜੋ ਪੰਜਾਬ ਦੇ ਵਿੱਚ ਸਹੀ ਹੋ ਰਿਹਾ ਮੈਂ ਹਮੇਸ਼ਾ ਕੈਪਟਨ ਦੀ ਸਰਕਾਰ ਨੂੰ ਚਿੱਠੀਆਂ ਲਿਖ ਕੇ ਉਸ ਗੱਲ ਨੂੰ ਥੈਂਕਸ ਵੀ ਕੀਤਾ ਉਹਨੂੰ ਵੈਲਕਮ ਵੀ ਕੀਤਾ ਉਹਨੂੰ ਬੱਲੇ ਬੱਲੇ ਵੀ ਕੀਤਾ ਬਟ ਜਿਹੜੀਆਂ ਗਲਤੀਆਂ ਨੇ ਜੇ ਕੁਰਾਈ ਪਈ ਸਾਡੀ ਗੱਡੀ ਜਿਹੜੀ ਜੇ ਟਾਈਮ ਸਿਰ ਡਰਾਈਵਰ ਨੂੰ ਨਹੀਂ ਉਠਾਉਂਦੇ ਫਿਰ ਦਰਖਤ 'ਚ ਵੱਜੇਗੀ ਸਾਰੀਆਂ ਸਵਾਰੀਆਂ ਪੂਰੀਆਂ ਹੋ ਜਾਣਗੀਆਂ ਅੱਜ ਅਸੀਂ ਪਾਰਟੀ ਹਾਈਕਮਾਂਡ ਨੂੰ ਬੇਨਤੀ ਕਰ ਰਹੇ ਕਿ ਅੱਜ ਟਾਈਮ ਆ ਚੁੱਕਿਆ ਕੈਪਟਨ ਅਮਰਿੰਦਰ ਸਿੰਘ ਦੀ ਇਮੇਜ ਲੋਕਾਂ ਵਿੱਚ ਲੋਐਸਟ ਐਬ 'ਤੇ ਦੂਜਾ ਜਿਹੜਾ ਸੁਨੀਲ ਜਾਖੜੇ ਦੀ ਤਾਂ ਗੱਲ ਹੀ ਨਾ ਕਰੋ
ਇਹਨੂੰ ਤੇ ਬਾਟੇ ਨਿਹੰਗ ਦੇ ਬਾਟੇ ਵਰਗਾ ਮਾਂਜ ਕੇ ਪਹਿਲੇ ਲੋਕਾਂ ਨੇ ਰਾਜਸਥਾਨ ਨੂੰ ਅਬੋਰ ਕੱਲਿਆ, ਅਬੋਰੋ ਇੱਕ ਮਿਊਂਸੀਪਲ ਕਾਊਂਸਲਰ ਦੇ ਹੱਥੋਂ ਸੀ ਐਲ ਪੀ ਦਾ ਲੀਡਰ ਹਾਰ ਜੇ, ਫਿਰ ਲਿਆ ਕੇ ਦੱਸੋ ਗੁਰਦਾਸਪੁਰ ਵਰਗੀ ਧਰਤੀ ਦੇ ਉੱਤੇ ਤੁਸੀਂ ਇਹਨੂੰ ਘਲਾ ਦਿੱਤਾ। ਸਾਲ ਵਿੱਚ ਹੀ 2 ਸਾਲ ਦਾ 2 ਲੱਖ ਦਾ ਜਿੱਤਿਆ, ਲੱਖ ਤੇ ਮਾਂਜ ਇਹਦਾ ਤਾਂ ਕੋਈ ਅਸਤਿਤਵ ਵੀ ਹੈ ਨਹੀਂ। ਇਹ ਤੇ ਇੱਕ ਪਿੰਜਰੇ ਵਿੱਚ ਫੜਿਆ ਹੋਇਆ ਤੋਤਾ, ਜਿੰਨੀ ਕੁ ਚੂਰੀ ਕੈਪਟਨ ਅਮਰਿੰਦਰ ਸਿੰਘ ਗਵਾ ਦਿੰਦਾ ਉਹਨੇ ਕੁ ਬਿਆਨ ਛੱਡੀ ਜਾਂਦਾ। ਅੱਛਾ ਸਰ, ਫਿਰ ਹੁਣ ਤੁਸੀਂ ਸਾਬਕਾ ਪ੍ਰਧਾਨ ਰਹੇ ਹੋ ਪੰਜਾਬ ਕਾਂਗਰਸ ਦੇ, ਮੌਜੂਦਾ ਪ੍ਰਧਾਨ ਦੇ ਨਾਲ ਇਹ ਜੀ ਕਿਉਂ ਨਹੀਂ ਬਣਦੀ? ਔਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਗਨ ਗਾਰਡ ਲੈ ਕੇ ਸਿਕਿਉਰਿਟੀ ਲੈ ਕੇ ਬੋਲੀ ਜਿਹੜੀ ਹੈ ਬੀਜੇਪੀ ਦੀ ਬੋਲ ਰਹੇ ਹੈ। ਛੋਟੇ ਵੀਰਾ, ਤੇਰੇ ਸਾਹਮਣੇ ਹੈ ਆ ਚਿੱਠੀ, ਗੁਲਾਮ ਨਬੀ ਆਜ਼ਾਦ ਨੇ ਚਿੱਠੀ ਲਿਖੀ ਹੈ, ਲੀਡਰ ਆਫ ਦੀ ਓਪੋਜੀਸ਼ਨ ਹੈ, ਰਾਜ ਸਭਾ ਦਾ ਲੀਡਰ ਕਾਂਗਰਸ ਦਾ ਹੋਏ, ਉਹਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਪਰਿਵਾਰ ਨੇ ਪੰਜਾਬ ਵਾਸਤੇ ਕੁਰਬਾਨੀਆਂ ਦਿੱਤੀਆਂ, 5 ਬੰਦੇ ਮੇਰੇ ਫਾਦਰ ਨਾਲ 1987 ਵਿੱਚ ਸ਼ਹੀਦ ਹੋਏ ਨੇ, ਪ੍ਰਤਾਪ ਸਿੰਘ ਬਾਜਵਾ ਤੇ ਬੰਬ ਬਲਾਸਟ ਹੋਇਆ, ਦੇਸ਼ ਨੇ ਇਹਦੀਆਂ ਸਰਵਿਸਿਜ਼ ਇਸਤੇਮਾਲ ਕੀਤੀਆਂ ਨੇ ਇਸ ਵੱਖਵਾਦ ਦੀ ਲੜਾਈ ਦੇ ਵਿੱਚ, ਉਹਨਾਂ ਦੀ ਰਿਕਮੈਂਡੇਸ਼ਨ ਤੇ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਨੂੰ ਆ ਚੰਗੀ ਤਰ੍ਹਾਂ ਚਿੱਠੀ ਲਿਖ ਲੈ ਤੇ ਸੁਨੀਲ ਜਾਖੜ ਦੇ ਘਰ ਪਹੁੰਚਾ ਵੀ ਦੇਈ, ਹਾਂ ਐਡਰੈਸ ਮੇਰੇ ਕੋਲ ਲੈ ਜਾਈ, ਉਹਦਾ ਘਰ ਜਿਹੜਾ ਵੇਚਣ ਲਾਇਆ ਪਠਾਨਕੋਟ ਉਹਦੇ ਐਡਰੈਸ 'ਤੇ ਜ਼ਰੂਰ ਇਹ ਕਰ ਦੀ। ਤੋ ਮੈਂ ਇਹ ਦੱਸਣਾ ਚਾਹੁੰਦਾ, ਇਹ ਗੁਲਾਮ ਨਬੀ ਆਜ਼ਾਦ ਸਾਹਿਬ ਦੀ ਰਿਕਮੈਂਡੇਸ਼ਨ 'ਤੇ ਉਹਨਾਂ ਨੇ ਰੀਲੁੱਕ ਕੀਤਾ ਮੇਰੀ ਸਿਕਿਉਰਿਟੀ ਦੇ ਵਿੱਚ, ਪਿਛਲੇ ਸਾਲ ਜੁਲਾਈ ਦੇ ਵਿੱਚ ਵਾਪਸ ਲਈ, ਇਸ ਮਾਰਚ ਦੇ ਵਿੱਚ ਉਹਨਾਂ ਨੇ ਪੰਜਾਬ ਦੀ ਪੁਲਿਸ ਕੋ ਰਿਪੋਰਟ ਲਈ, ਆਈ ਬੀ ਕੋ ਰਿਪੋਰਟ ਲਈ ਚੰਡੀਗੜ੍ਹੋਂ, ਦਿੱਲੀ 'ਚੋਂ ਆਈ ਬੀ ਕੋ ਰਿਪੋਰਟ ਲਈ, ਪੰਜਾਬ ਆਈ ਬੀ ਕੋ ਲਈ, ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਜਾਨ ਨੂੰ ਉਹਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ, ਉਹ ਉਹਨਾਂ ਨੇ ਵਾਪਸ ਰਿਸਟੋਰ ਕੀਤੀ ਹੈ। ਮੈਂ ਸੁਨੀਲ ਜਾਖੜ ਵਰਗਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਕਿਉਰਿਟੀ ਗੁੱਟੋਂ ਫੜ ਕੇ ਪ੍ਰਧਾਨ ਨੂੰ ਬਾਹਰ ਕੱਢ ਦੇ ਅਤੇ ਫਿਰ ਇਹ ਮਗਰੋਂ ਸਿਰ ਵਿੱਚ ਹੱਥ ਫੇਰ ਕੇ ਝਾਟਿਆਂ ਦੇ ਵਿੱਚ ਅਗਲੇ ਦਿਨ ਜਾ ਕੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ 'ਚ ਬਹਿ ਜਾਏ। ਪ੍ਰਤਾਪ ਸਿੰਘ ਬਾਜਵਾ ਆਪਣਾ ਜ਼ਮੀਰ ਵੇਚਣ ਵਾਲਾ ਨਹੀਂ, ਅਤੇ 4 ਸਿਪਾਹੀ ਨਹੀਂ 40 ਨੇ, ਇਹ ਵੀ ਉਹਨੂੰ ਚੰਗੀ ਤਰ੍ਹਾਂ ਦੱਸ ਦਿਓ, 40 ਨੇ ਅਤੇ ਤਿਆਰ ਬਰ ਤਿਆਰ ਨੇ, ਹਾਂ ਕੋਈ ਗਲਤੀ ਨਾ ਕਿਤੇ ਕਰ ਲਈ। ਹਾਂ ਸਰ, ਤੁਸੀਂ ਹੁਣ ਦਿੱਲੀ ਤੋਂ ਫਿਰ ਆਏ ਬਟਾਲਾ, ਬਟਾਲਾ ਦੇ ਵਿੱਚ ਤੁਸੀਂ ਸੀਐਮ ਸਾਹਿਬ ਨੂੰ ਰਮਾਇਣ ਦੇ ਪਾਤਰ ਦੇ ਨਾਲ ਜੋੜਿਆ, ਪ੍ਰਧਾਨ ਸਾਹਿਬ ਨੂੰ ਤੁਸੀਂ ਮਹਾਂਭਾਰਤ ਦੇ ਪਾਤਰ ਨਾਲ ਜੋੜਿਆ, ਕੀ ਹੁਣ ਤੁਸੀਂ ਸਿੱਧੀ ਲੜਾਈ ਲੜ ਰਹੇ ਹੋ? ਨਹੀਂ, ਲੜਾਈ ਹਮੇਸ਼ਾ ਸਿੱਧੀ ਲੜੀ ਜਾਂਦੀ, ਕਦੀ ਲੜਾਈ ਪੁੱਠੀ ਨਹੀਂ ਲੜੀ ਜਾਂਦੀ, ਸਿੱਧੀ ਲੜਾਈ ਦੇ ਹੀ ਰਿਜ਼ਲਟ ਆਉਂਦੇ ਨੇ। ਆਰ ਪਾਰ ਦੀ ਲੜਾਈ ਹੈ ਹੁਣ ਇਹ, ਆਰ ਪਾਰ ਮੈਂ ਕਾਂਗਰਸ ਨੂੰ ਬਚਾਉਣਾ ਅਤੇ ਪੰਜਾਬ ਦੇ ਲੋਕਾਂ ਨੂੰ ਬਚਾਉਣਾ, ਇਹ ਕੋਈ ਕਿਸੇ ਕਿਸਮ ਦੀ ਲੜਾਈ ਸਮਝ ਲਓ। ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਇਹਦਾ ਕੋ ਪਾਇਲਟ ਜਿਹੜਾ ਬਰਸਾਤਾਂ ਦੇ ਵਿੱਚ ਜਹਾਜ਼ ਨੂੰ ਏਅਰ ਸਟ੍ਰਿਪ 'ਤੇ ਉਤਾਰ ਨਹੀਂ ਸਕਦੇ, ਇਹ ਜਹਾਜ਼ ਸਕਿੱਡ ਵੀ ਕਰੇਗਾ ਅਤੇ ਸਵਾਰੀਆਂ ਦਾ ਨੁਕਸਾਨ ਵੀ ਕਰਾਏਗਾ। ਹੁਣ ਪੰਜਾਬ ਦੇ ਵਿੱਚੋਂ ਕੈਪਟਨ ਨੂੰ ਅਤੇ ਜੋੜੀ, ਇਹ ਕੋ ਪਾਇਲਟਾਂ ਦੀ ਜੋੜੀ ਬਦਲਣੀ ਪੈਣੀ, ਨਵੇਂ ਕਪਤਾਨ ਲਿਆਉਣੇ ਪੈਣੇ ਨੇ ਜੇ ਕਾਂਗਰਸ ਨੂੰ ਬਚਾਉਣਾ, ਜੇ ਪੰਜਾਬ ਦੇ ਵਿੱਚ ਉਹ ਹਾਲਾਤ ਨਹੀਂ ਕਰਾਉਣੇ ਜੋ ਵੈਸਟ ਬੰਗਾਲ ਦੇ ਵਿੱਚ ਸਰਦਾਰ ਸ਼ੰਕਰ ਰੇ ਨੇ ਕਰਾ ਦਿੱਤੇ ਸੀ ਕਾਂਗਰਸ ਦੇ। 1977 ਦੀ ਕਾਂਗਰਸ ਗਈ ਹੈ, ਅੱਜ 43 ਸਾਲ ਹੋ ਚੁੱਕੇ, ਕਾਂਗਰਸ ਦੀ ਸਰਕਾਰ ਨਹੀਂ ਫਿਰ ਬਣੀ ਬੰਗਾਲ ਦੇ ਵਿੱਚ, ਜਿਸ ਹਿਸਾਬ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਚੱਲ ਰਿਹਾ, ਜਿਸ ਕਿਸਮ ਦੇ ਨਾਲ ਇਹ ਤੋਤਾ ਜਿਹੜਾ ਚੂਰੀ ਖਾ ਰਿਹਾ ਅਤੇ ਉਹਦੀ ਬੋਲੀ ਬੋਲ ਰਿਹਾ, ਲੋਕਾਂ ਦੀ ਬੋਲੀ ਨਹੀਂ ਬੋਲ ਰਿਹਾ, ਕਾਂਗਰਸੀਆਂ ਦੀ ਬੋਲੀ ਨਹੀਂ ਬੋਲ ਰਿਹਾ, ਕਦੀ ਆਪਣੇ ਦਫ਼ਤਰ ਨਹੀਂ ਗਿਆ, ਕਾਂਗਰਸ ਦੇ ਦਫ਼ਤਰ ਨੂੰ ਕਲੀ ਹੋਈ ਨੂੰ 5 ਸਾਲ ਹੋ ਗਏ ਨੇ, ਕਦੀ ਉਹਦਾ ਨਹੀਂ ਇਹਨੇ ਪੁੱਛਿਆ। ਇਹ ਜੇ ਇਹੀ ਹੋਇਆ ਅਤੇ ਇਹ ਸਕਿੱਡ ਕਰੇਗਾ ਜਹਾਜ਼। ਸਰ ਹੁਣ ਤੁਹਾਡੇ ਵੱਲੋਂ ਵੀ, ਦੁੱਲੋ ਸਾਹਿਬ ਵੱਲੋਂ ਵੀ ਆਵਾਜ਼ ਉਠਾਈ ਗਈ, ਇਸ ਦੇ ਨਾਲ ਹੀ ਪ੍ਰਗਟ ਸਿੰਘ ਵੱਲੋਂ ਵੀ ਜਿਹੜਾ ਉਹ ਇੱਕ ਲੈਟਰ ਲਿਖਿਆ ਗਿਆ ਕਿ ਵਿਧਾਨ ਸਭਾ ਦੇ ਇਲੈਕਸ਼ਨ ਨੇੜੇ ਹੈ, ਕੁਛ ਜਿਹੜੇ ਵਾਅਦੇ ਕੀਤੇ ਉਹ ਤਾਂ ਪੂਰੇ ਕੀਤੇ ਜਾਣ। ਔਰ ਜੇਕਰ ਦੇਖਿਆ ਜਾਏ ਕਾਂਗਰਸ ਦਾ ਇਤਿਹਾਸ ਜਾਂ ਫਿਰ ਹੁਣ ਜਿਹੜਾ ਪ੍ਰੈਜੈਂਟ 'ਤੇ ਚੱਲਿਆ ਪਿਆ, ਮੱਧ ਪ੍ਰਦੇਸ਼ ਦੇ ਵਿੱਚ ਜੋ ਕਾਂਗਰਸ ਦੇ ਨਾਲ ਹੋਇਆ ਉਹ ਠੀਕ ਹੈ, ਕਾਂਗਰਸ ਸਰਕਾਰ ਜਿਹੜੀ ਗਿਰ ਗਈ, ਹੁਣ ਰਾਜਸਥਾਨ ਦੇ ਵਿੱਚ ਵੀ ਹੋਇਆ, ਕੀ ਪੰਜਾਬ ਦੇ ਵਿੱਚ ਵੀ ਅਜਿਹੇ ਹਾਲਾਤ ਹੋਣ ਵਾਲੇ ਹੈ? ਦੇਖੋ, ਤੁਸੀਂ ਉਹਨਾਂ ਨਾਲ ਨਾ ਚੱਲੋ, ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਪੰਜਾਬ ਦਾ ਅਸਤਿਤਵ ਬਚਾਉਣਾ, ਪੰਜਾਬ ਦੇ ਲੋਕਾਂ ਨੇ 2/3 ਮੈਜੋਰਟੀ ਦਿੱਤੀ, ਨਾ ਮੱਧ ਪ੍ਰਦੇਸ਼ 'ਚ ਮਿਲੀ ਸੀ ਨਾ ਰਾਜਸਥਾਨ 'ਚ ਮਿਲੀ ਸੀ, ਸਾਡੀ ਸਰਕਾਰ ਨੂੰ ਕਿਸੇ ਕਿਸਮ ਦਾ ਖਤਰਾ ਨਹੀਂ। ਆ ਜਿਹੜਾ ਚੂਰੀ ਖਾਣ ਵਾਲਾ ਤੋਤਾ ਗੱਲਾਂ ਕਰਦਾ ਫਿਰਦਾ, ਇਹ ਸ਼ਗਨੀ ਮਾਮੇ ਵਾਲੀਆਂ ਗੱਲਾਂ, ਇੱਥੇ ਕੋਈ ਗਵਰਨਮੈਂਟ ਨੂੰ ਖਤਰਾ ਨਹੀਂ, ਨਾ ਕੋਈ ਇਹੋ ਜਿਹੀ ਗੱਲ ਹੈ। ਇੱਥੇ ਲੋਕ ਇਸ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਦੇ ਢਾਂਚੇ ਤੋਂ, ਕੈਪਟਨ ਅਮਰਿੰਦਰ ਸਿੰਘ ਨੇ ਤੇ ਸਰਕਾਰ ਆਊਟਸੋਰਸ ਕਰਤੀ ਹੈ, ਚੰਦ ਬਾਬੂਆਂ ਨੂੰ, ਬਾਬੂ ਚਲਾ ਰਹੇ, ਅਮਰਿੰਦਰ ਸਿੰਘ ਥੋੜਾ ਚਲਾ ਰਿਹਾ, ਨਾ ਇਹਦਾ ਕੋਈ ਮੰਤਰੀ ਚਲਾ ਰਿਹਾ, ਨਾ ਕਾਂਗਰਸ ਦੇ ਕਿਸੇ ਵਰਕਰ ਦੀ, ਕਿਸੇ ਕੋਈ ਆਫਿਸ ਬੇਰਰ ਦੀ ਕੋਈ ਸੁਣਵਾਈ ਹੈ ਸਰਕਾਰ, ਕਿਸੇ ਨੂੰ ਪੁੱਛ ਕੇ ਵੇਖੋ, ਕਹਿੰਦੇ ਸਾਨੂੰ ਤਾਂ ਮਹਿਸੂਸ ਹੀ ਨਹੀਂ ਹੋ ਰਿਹਾ ਕਾਂਗਰਸ ਦੀ ਸਰਕਾਰ ਆਈ ਹੈ। ਤੋ ਮੈਂ ਤਾਂ ਇੱਕੋ ਬੇਨਤੀ ਕਰਨਾ, ਇਹ ਵਾਅਦੇ ਜਿੰਨੇ ਸੀ, ਵੇਖੋ ਇਹਨੇ ਕਦੀ ਕਾਂਗਰਸ ਦਾ ਨਾਂ ਨਹੀਂ ਲਿਆ, ਕਿਉਂਕਿ ਅਮਰਿੰਦਰ ਸਿੰਘ 14 ਸਾਲ ਕਾਂਗਰਸ ਤੋਂ ਬਾਹਰ ਰਿਹਾ, 1984 'ਚ ਗਿਆ ਸੀ, 98 'ਚ ਆਇਆ ਸੀ, ਤਾਂ ਹੀ ਪਿਛਲੀ ਵਾਰ ਵੀ ਕਹਿੰਦੇ ਰਹੇ ਨੇ
कि कैप्टन की सरकार लिया कांग्रेस की सरकार ने कभी नहीं कही एक कीते पंजाब दे लोकां नाल वादे कैप्टन अमरिंदर सिंह ने गुटका साहब हाथ ते रख के सौं खाधी कैप्टन ने अज जे इहनूं पासे कर दो लोकां दा गुस्सा मठा हो जांदा है लोकां दा गुस्सा ठंडा हो जांदा है कोई चंगा कांग्रेसी लियाओ जिहड़ा बंदा चंगी लीडरशिप दे सके बहुत सारे पढ़े लिखे नौजवान अच्छे बंदे कांग्रेस च आए ने जिन्हां च खून कांग्रेस दा है मिक्सड खून नहीं ओरिजिनल खून उहनां च जिहड़ा सीनियर होए ਜਿਹੜਾ ਪਾਰਟੀ ਦਾ ਲੋਇਲ ਰਿਹਾ ਹੋਏ ਜਿਹਦੇ 'ਚ ਕੈਪੇਬਿਲਿਟੀ ਹੋਏ ਇਹ ਬੰਦਾ ਲੈ ਕੇ ਆਓ ਇੱਕ ਮਹੀਨੇ ਵਿੱਚ ਸਾਰਾ ਮਾਫੀਆ ਖਤਮ ਹੋ ਸਕਦਾ ਇੱਕ ਮਹੀਨੇ ਵਿੱਚ ਪੰਜਾਬ ਦੇ ਲੋਕ ਤੁਹਾਡੇ ਪਿੱਛੇ ਫਿਰ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲੇ ਚੱਲੇ ਸੀ ਅੱਜ ਵੀ ਲੋਕ ਕਾਂਗਰਸ ਦੇ ਖਿਲਾਫ ਨਹੀਂ ਕਾਂਗਰਸ ਦੀ ਪੋਲਿਸੀਆਂ ਦੇ ਖਿਲਾਫ ਨਹੀਂ ਇਹਨਾਂ ਲੋਕਾਂ ਦੇ ਖਿਲਾਫ ਨੇ ਜਿਨ੍ਹਾਂ ਨੇ ਕਾਂਗਰਸੀ ਸਰਕਾਰ ਨੂੰ ਬਾਬੂਆਂ ਨੂੰ ਆਊਟਸੋਰਸ ਕਰ ਦਿੱਤਾ ਬਾਬੂ ਚਲਾ ਰਹੇ ਸਰ ਪਰ ਆਸ਼ਾ ਕੁਮਾਰੀ ਜੀ ਦਾ ਬਿਆਨ ਆਉਂਦਾ ਕਿ 2022 ਦੇ ਜਿਹੜੇ ਇਲੈਕਸ਼ਨ ਦਾ ਚਿਹਰਾ ਸਾਡਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੋਵੇਗਾ ਪ੍ਰਤਾਪ ਸਿੰਘ ਬਾਜਵਾ ਦੇ ਸਿਰ 'ਤੇ ਅਸੀਂ ਨਹੀਂ ਕਹਿੰਦੇ ਚੋਣ ਲੜਾਂਗੇ ਦੇਖੋ ਇਹ ਫੈਸਲੇ ਪਾਰਟੀ ਹਾਈ ਕਮਾਂਡ ਨੇ ਕਰਨੇ ਨੇ ਮੈਂ ਆਸ਼ਾ ਕੁਮਾਰੀ ਜੀ ਬਾਰੇ ਕੋਈ ਜ਼ਿਆਦਾ ਮਾੜੀ ਚੰਗੀ ਗੱਲ ਨਹੀਂ ਕਹਿਣਾ ਚਾਹੁੰਦਾ ਮੈਂ ਇੱਕੋ ਗੱਲ ਕਹਿਣਾ ਇਹ ਫੈਸਲਾ ਮਿਸਿਸ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜੀ ਨੇ ਕਰਨਾ ਜੇ ਤਾਂ ਤੁਸੀਂ ਪਾਰਟੀ ਬਚਾਉਣੀ ਹੈ ਫਿਰ ਤਾਂ ਤੁਹਾਨੂੰ ਫੈਸਲਾ ਕਰਨਾ ਪਏਗਾ ਨਹੀਂ ਤਾਂ ਇਹ ਰਿਜ਼ਲਟ ਤਾਂ ਕੰਧ 'ਤੇ ਲਿਖੇ ਆ ਇਹ ਰਿਜ਼ਲਟ ਮੈਂ ਤਾਂ ਪ੍ਰਧਾਨ ਰਿਹਾ ਜੋ ਅਕਾਲੀ ਦਲ ਅਤੇ ਭਾਜਪਾ ਦੀ ਪੋਜੀਸ਼ਨ ਅਖੀਰਲੇ ਸਾਲ 'ਚ ਬਣੀ ਸੀ ਸਾਡੀ ਡੇਢ ਸਾਲ ਪਹਿਲੇ ਬਣਨੀ ਸ਼ੁਰੂ ਹੋ ਗਈ ਇਹਨਾਂ ਦੇ ਇਹ ਹਾਲ ਨੇ ਕਿ ਡਰਦੇ ਲੋਕ ਬਹੁਤ ਸਾਰੇ ਅਤੇ ਆਪਣੇ ਜਿੱਥੇ ਆ ਵਾਰਦਾਤਾਂ ਹੋਈਆਂ ਅਫਸੋਸ ਕਰਨੀ ਆਪਣੇ ਏਰੀਆ 'ਚ ਗਏ ਅੱਜ ਇਹ ਪੋਜੀਸ਼ਨ ਬਣ ਚੁੱਕੀ ਹੈ ਜੇ ਅਸੀਂ ਅਜੇ ਵੀ ਇਸ ਗੱਡੀ ਨੂੰ ਟਾਹਲੀ ਵਿੱਚ ਵੱਜਣ ਨੂੰ ਬਚਾ ਸਕਦੇ ਅਤੇ ਬਚਤ ਆ ਸਕਦੀ ਹੈ ਜੇ ਇਹ ਦੋਨਾਂ ਬੰਦਿਆਂ ਨੂੰ ਰੁਖਸਤ ਕੀਤਾ ਜਾਏ ਇਹ ਕੈਪਟਨ ਦੇ ਵਾਅਦੇ ਸੀ ਇਹ ਕੈਪਟਨ ਦੇ ਵਾਅਦੇ ਝੂਠੇ ਨਿਕਲੇ ਨੇ ਅੱਜ ਪਾਰਟੀ ਦੀ ਹਾਈਕਮਾਂਡ ਨੂੰ ਇਸ ਨੂੰ ਤੋੜ ਦਿੱਤਾ ਜਾਏ ਤਾਂ ਤੁਸੀਂ ਵੇਖੋ ਦੀਵਾਲੀ ਤੋਂ ਵੱਧ ਪਟਾਕੇ ਪੰਜਾਬ ਚੱਲਣਗੇ ਇਹ ਦੋ ਬੰਦੇ ਬਦਲ ਦਿਉ ਇੱਕ ਨਵੀਂ ਦੀਵਾਲੀ ਚੱਲੇਗੀ ਤੁਸੀਂ ਵੇਖੋ ਪਟਾਕੇ ਹਫ਼ਤਾ 10 ਦਿਨ ਬੰਦ ਨਹੀਂ ਹੋਣੇ ਤੂੰ ਚਲਾ ਕੇ ਤਾਂ ਵੇਖੋ ਸਰ ਤੁਹਾਡਾ ਰਸੂਖ ਹੈਗਾ ਤੁਸੀਂ ਸੀਨੀਅਰ ਲੀਡਰ ਹੈਗੇ ਹੋ ਹੁਣ ਮੇਰਾ ਖਿਆਲ ਇੱਥੇ ਹੀ ਨਿਬੇੜਦੀ ਹੈ ਤੇ ਜਾਏਗਾ ਲਾਸਟ ਕੁਐਸਚਨ ਕੀ ਇਸ ਪੂਰੇ ਮਸਲੇ ਨੂੰ ਜਿਹੜਾ ਹੁਣ ਜ਼ਹਿਰੀਲੀ ਸ਼ਰਾਬ ਦਾ ਹੈਗਾ ਹੈ ਜਾਂ ਫਿਰ ਪੰਜਾਬ ਦੇ ਸਰਕਾਰ ਦਾ ਵਿਰੋਧ ਹੋ ਰਿਹਾ ਵਿਰੋਧ ਓਪੋਜੀਸ਼ਨ ਵੱਲੋਂ ਵੀ ਇਸ ਮਸਲੇ ਨੂੰ ਹਾਈਕਮਾਨ ਤੱਕ ਪਹੁੰਚਾਇਆ ਜਾਂ ਪਹੁੰਚਾਉਣ ਜਾ ਰਹੇ ਹੋ ਨਹੀਂ ਤੁਸੀਂ ਕੀ ਸਮਝਦੇ ਹੋ ਅੱਜ ਦਾ ਯੁੱਗ ਜਿਹੜਾ ਸੋਸ਼ਲ ਮੀਡੀਆ ਦਾ ਇੱਕ ਹੁੰਦਾ ਇੱਕ ਆਪਣੇ ਵੇਖੋ ਗੱਲ ਹੈ ਉਹਨਾਂ ਨੂੰ ਸਾਰੀ ਗੱਲ ਦੀ ਜਾਣਕਾਰੀ ਅੱਗੇ ਹੁਣ ਇਹ ਮਿਜ ਡਿਸੀਜਨ ਉਹਨੇ ਲੈਣਾ ਕਿ ਕਾਂਗਰਸ ਦਾ ਅਸੀਂ ਅਸਤਿਤਵ ਬਚਾਉਣਾ ਚਾਹੁੰਦੇ ਹਾਂ ਕਈ ਬੰਦੇ ਚੰਗੇ ਹੁੰਦੇ ਨੇ ਕਿਸੇ ਟਾਈਮ 'ਤੇ ਹੁਣ ਡਰਾਈਵਰ ਵੀ ਨੇ ਸਾਡੇ ਕੋਲ ਕਈ ਜਿਹੜੋ 30 ਸਾਲ ਦੀ ਉਮਰ ਵਿੱਚ ਸੀ ਬਹੁਤ ਵਧੀਆ ਡਰਾਈਵਰ ਸੀ ਜੇ ਉਹ 70 ਸਾਲ ਦਾ ਹੋ ਜਾਂਦਾ ਉਹਦੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਅਸੀਂ ਆਪੇ ਹੱਥ ਜੋੜਦੇ ਹੀ ਕਿ ਬਾਪੂ ਹੁਣ ਤੂੰ ਰੈਸਟ ਕਰਕੇ ਕਿਸੇ ਦਰਖਤ 'ਤੇ ਜਾ ਕੇ ਸਾਡੀ ਗੱਡੀ ਨਾ ਮਾਰ ਦੀ ਉਸ ਤਰ੍ਹਾਂ ਹੀ ਇਹ ਪੋਜੀਸ਼ਨ ਹੋ ਚੁੱਕੀ ਹੈ ਹੁਣ ਟਾਈਮ ਸਿਰ ਬਚਾਈਏ ਡਰਾਈਵਰ ਬਦਲੀਏ ਗੱਡੀ ਵੀ ਚੰਗੀ ਹੈ ਤੇਲ ਵੀ ਉਹਦੇ 'ਚ ਪੂਰਾ ਡਰਾਈਵਰ ਦਾ ਕਸੂਰ ਕੋਈ ਨਹੀਂ ਬਜ਼ੁਰਗ ਹੋ ਚੁੱਕਿਆ ਉਹਨੂੰ ਇੱਥੋਂ ਤੋਰੋ ਕੰਮ ਕਰਨ ਵਾਲੇ ਨੂੰ ਲਿਆਓ ਗੱਡੀ ਵੀ ਬਾਜੇ ਤੇਲ ਵੀ ਬਾਜੇ ਅਤੇ ਮਾਲਕ ਵੀ ਬਾਜੇ